ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਜਿੱਥੇ ਵਾਹਨ ਲੁੱਟ ਕੇ ਫਰਾਰ ਹੋਏ ਬ੍ਰੈਪੰਟਨ ਦੇ ਇੰਨ ਪੰਜਾਬੀ ਨੌਜਵਾਨ ਗ੍ਰਿਫਤਾਰ ਕੈਨੇਡਾ ਦੇ ਵਿੱਚ ਹਥਿਆਰਾਂ ਦੀ ਨੌਕਤੇ ਵਾਹਨ ਅਤੇ ਹੋਰ ਇਲੈਕਟ੍ਰੋਨਿਕ ਸਮਾਨ ਲੁੱਟ ਕੇ ਫਰਾਰ ਹੋਏ ਬ੍ਰੈਪੰਟਨ ਦੇ ਤਿੰਨ ਪੰਜਾਬੀ ਨੌਜਵਾਨਾਂ ਨੂੰ 온ਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਗ੍ਰਿਫਤਾਰ ਕੀਤਾ ਜਦਕਿ ਚੌਥੇ ਸ਼ੱਕੀ ਦੀ ਪਾਲ ਕੀਤੀ ਜਾ ਰਹੀ ਹੈ ਫਾਜ਼ਲਕਾ ਜੋ ਕਾਂਗਰਸੀ ਆਗੂ ਰੂਬੀ ਗਿਲ ਤੇ ਚਲਾਈਆਂ ਅੰਨੇ ਵਾ ਗੋਲੀਆਂ ਸੋ ਫਾਜ਼ਲਕਾ ਦੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਜਾਨਲੇਵਾ ਹਮਲਾ ਹੋਇਆ ਹੈ ਸਮਾਚਾਰ ਸਾਹਮਣੇ ਆਇਆ ਹੈ ਜੀ ਮਾਮਲਾ ਪਤਾ ਲੱਗਾ ਹੈ ਜਿੱਥੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿਲਤਿਆਂਨ ਪਛਾਤਿਆਂ ਦੇ ਵੱਲੋਂ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਗਈਆਂ ਸੋ ਦੋਸਤੋ ਜਿਸ ਤੋਂ ਬਾਅਦ ਦੱਸਿਆ ਗਿਆ ਹੈ ਕਿ ਰੂਬੀ ਗਿਲ ਫਾਜ਼ਿਲਕਾ ਦੇ ਵਿੱਚ ਆਪਣੀ ਨੋਵਾ ਗੱਡੀ ਤੇ ਸਵਾਰ ਹੋ ਕੇ ਆਪਣੇ ਦੋਸਤਾਂ ਨਾਲ ਘਰ ਜਾ ਰਹੇ ਸਨ ਜਿਵੇਂ ਹੀ ਉਹ ਆਪਣੇ ਕੰਦ ਵਾਲਾ ਹਾਜ਼ਰ ਖਾਂ ਦੇ ਕੋਲੇ ਪਹੁੰਚੇ ਤਾਂ ਅੱਗੋਂ ਆਏ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਅੰਨੇਵਾ ਉਹਨਾਂ ਤੇ ਜਿਹੜੀਆਂ ਗੋਲੀਆਂ ਦੀ ਬਾਰਿਸ਼ ਕਰ ਦਿੱਤੀ ਗਈ ਇਸ ਹਮਲੇ ਦੇ ਵਿੱਚ ਚੰਗੀ ਗੱਲ ਇਹ ਰਹੀ ਆ ਕਿ ਰੂਬੀ ਗਿੱਲ ਵਾਰ-ਵਾਰ ਬਚ ਗਏ ਨੇ ਇਸ ਦੌਰਾਨ ਉਹਨਾਂ ਦੀ ਗੱਡੀ ਕਾਫੀ ਨੁਕਸਾਨੀ ਗਈ ਗੱਡੀ ਦੇ ਉੱਪਰ ਗੋਲੀਆਂ ਦੇ ਸਾਫ਼ ਨਿਸ਼ਾਨ ਨਜ਼ਰ ਆ ਰਹੇ ਹਨ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ 693 ਸਕੂਲ ਲਾਇਬ੍ਰੇਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਲਾਇਬ੍ਰੇਰੀਆਂ ਤੇ ਪੁਸਤਕਾਂ ਦਾ ਵਿਦਿਆਰਥੀਆਂ ਦੀ ਸਿੱਖਿਆਤ ਤੇ ਸ਼ਖਸੀਅਤ ਨਿਖਾਰਨ ਦੇ ਲਈ ਆਇਮ ਯੋਗਦਾਨ ਦੱਸਦਿਆ ਲਾਇਬ੍ਰੇਰੀਅਨਾਂ ਨੂੰ ਸਕੂਲਾਂ ਦੇ ਵਿੱਚ ਪੁਸਤਕ ਸਭਿਆਚਾਰ ਪੈਦਾ ਕਰਨ ਦਾ ਸੱਦਾ ਦਿੱਤਾ ਚੰਡੀਗੜ੍ਹ ਦੇ ਸੈਕਟਰ 35 ਦੇ ਵਿੱਚ ਸਥਿਤ ਮਿਊਸਪਲ ਭਵਨ ਦੇ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਨਵੇਂ ਭਰਤੀ ਕੀਤੇ 693 ਲਾਇਬ੍ਰੇਰੀਅਨਾਂ ਨੂੰ ਨਿਯੁਕਤੀ ਪੱਤਰ ਉਹਨਾਂ ਦੇ ਵੱਲੋਂ ਸੌਂਪੇ ਗਏ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਅਧਿਆਪਕਾਂ ਦੇ ਲਈ ਜ਼ਰੂਰੀ ਖਬਰ ਹੈ ਤਬਾਦਲਾ ਹੋਣ ਤੇ ਘਰ ਦੇ ਨੇੜੇ ਮਿਲਣਗੇ ਸਟੇਸ਼ਨ ਤੋਂ ਵੱਡਾ ਐਲਾਨ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਜੰਮੂ ਕਸ਼ਮੀਰ ਦੇ ਪੁਹੰਚ ਵਿੱਚ ਅੱਤਵਾਦੀਆਂ ਨਾਲ ਮੋਠ ਭੇੜ ਵਿੱਚ ਇੱਕ ਜੀਸੀਓ ਸਮੇਤ ਪੰਜ ਜਵਾਨ ਸ਼ਹੀਦ ਜੰਮੂ ਕਸ਼ਮੀਰ ਦੇ ਸੌਰਨਕੋਟ ਪੁਹੰਚ ਵਿੱਚ ਅੱਤਵਾਦੀਆਂ ਦੇ ਨਾਲ ਮੁਕਾਬਲੇ ਦੇ ਵਿੱਚ ਅੱਜ ਇੱਕ ਜੀਸੀਓ ਦੇ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ ਇਸ ਇਲਾਕੇ ਦੇ ਵਿੱਚ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਸੀ ਜਿਸ ਤੋਂ ਬਾਅਦ ਇਹ ਮੁਕਾਬਲਾ ਹੋਇਆ ਮੁਲਾਕਾਤ ਅਜੇ ਜਾਰੀ ਹੈ ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਦੇ ਖਿਲਾਫ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਆਧਾਰ ਕਾਰਡ ਦੇ ਨਾਲ ਮਦਦ ਦੇ ਨਾਲ ਇੰਜ ਕਰੋ ਡਾਊਨਲੋਡ ਆਯੂਸ਼ਮਾਨ ਹੈਲਥ ਕਾਰਡ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਆਯੂਸ਼ਮਾਨ ਕਾਰਡ ਬਣਾ ਲਿਆ ਪਰ ਕਿਸੇ ਕਾਰਨ ਉਹਨਾਂ ਕੋਲ ਇਸ ਕਾਰਡ ਦੀ ਹਾਰਡ ਕਾਪੀ ਨਹੀਂ ਹੈ ਜੇਕਰ ਤੁਹਾਡੇ ਕੋਲ ਵੀ ਆਯੂਸ਼ਮਾਨ ਕਾਰਡ ਦੀ ਹਾਰਡ ਕਾਪੀ ਨਹੀਂ ਹੈ ਤਾਂ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕਿਵੇਂ ਆਧਾਰ ਕਾਰਡ ਦੀ ਮਦਦ ਨਾਲ ਆਪਣਾ ਆਯੂਸ਼ਮਾਨ ਕਾਰਡ ਡਾਊਨਲੋਡ ਕਰ ਸਕਦੇ ਹੋ ਜੀ ਆਧਾਰ ਕਾਰਡ ਦਾ ਮੋਬਾਈਲ ਦੇ ਨਾਲ ਲਿੰਕ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਤੁਹਾਡੇ ਕੋਲੇ ਮੋਬਾਈਲ ਹੋਣਾ ਵੀ ਜ਼ਰੂਰੀ ਹੈ ਅਗਲੇ ਦਾ ਸਿਸਟਮ ਡਾਊਨ ਇਸ ਨੂੰ ਡਾਊਨਲੋਡ ਕਰਨ ਦੇ ਲਈ ਤੁਸੀਂ ਸਾਡੇ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਦੇਖ ਸਕਦੇ ਹੋ ਅਗਲੀ ਵੱਡੀ ਖਬਰ ਹੈ ਦੋਸਤੋ ਪਤਨੀ ਕਮਾਵੇ ਤਾਂ ਬੱਚੇ ਪ੍ਰਤੀ ਖਤਮ ਨਹੀਂ ਹੋ ਜਾਂਦੀ ਪਤੀ ਦੀ ਜ਼ਿੰਮੇਵਾਰੀ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਪਤਨੀ ਦੇ ਨੌਕਰੀ ਪੇਸ਼ਾ ਹੋਣ ਦੇ ਆਧਾਰ ਬਣਾ ਕੇ ਬੱਚਿਆਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਪੁਰਸ਼ਾਂ ਬਾਰੇ ਦਿੱਲੀ ਹਾਈ ਕੋਰਟ ਦੇ ਹੁਕਮ ਪਾਸ ਕਰਦੇ ਹੋਏ ਅਹਿਮ ਟਿੱਪਣੀ ਕੀਤੀ ਹੈ ਬੱਚੇ ਪੰਜਾਬ ਦੇ ਸੀਐਮ ਦੇ ਘਰ ਵਿਆਹ ਸਮਾਰੋਹ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪੁੱਤਰ ਦੀ ਖੁਦ ਚਲਾਈ ਸੀ ਕਾਰ ਤੇ ਜ਼ਮੀਨ ਤੇ ਬੈਠ ਕੇ ਖਾਣਾ ਖਾਦਾ ਸੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਪਹਿਲੇ ਅਜਿਹੇ ਮੁੱਖ ਮੰਤਰੀ ਹਨ ਜਿਵੇਂ ਉਹ ਮੁੱਖ ਮੰਤਰੀ ਬਣੇ ਸਨ ਉਹਨਾਂ ਨੇ ਸੁਰੱਖਿਆ ਘੱਟ ਕਰ ਦਿੱਤੀ ਹੁਣ ਵਿਆਹ ਦੀਆਂ ਰਸਮਾਂ ਵੀ ਪੂਰੀ ਸਾਦਗੀ ਦੇ ਨਾਲ ਉਹਨਾਂ ਦੇ ਵੱਲੋਂ ਨਿਭਾਈਆਂ ਗਈਆਂ ਪਰ ਤੁਹਾਨੂੰ ਦੱਸ ਦਈਏ ਜੀ ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੁੱਖ ਮੰਤਰੀ ਚੰਨੀ ਦੇ ਪੁੱਤਰ ਅਤੇ ਨੂੰ ਨੂੰ ਆਸ਼ੀਰਵਾਦ ਦੇਣ ਪਹੁੰਚੇ ਸਨ ਪਰ ਮੁੱਖ ਮੰਤਰੀ ਚੰਨੀ ਦਾ ਜੋਤਿਸ਼ ਦੇ ਵਿੱਚ ਬਹੁਤ ਵੱਡਾ ਵਿਸ਼ਵਾਸ ਹੈ ਤੇ ਇਸ ਤੋਂ ਪਹਿਲਾਂ ਉਹਨਾਂ ਨੇ ਵੱਡਾ ਰਾਜਨੀਤਿਕ ਸਥਾਨ ਹਾਸਲ ਕਰਨ ਲਈ ਹਾਥੀ ਦੀ ਸਵਾਰੀ ਵੀ ਕੀਤੀ ਸੀ ਤੇ ਚੰਡੀਗੜ੍ਹ ਰਹਿਸ਼ਤੀ ਵਸਤੂ ਨੂੰ ਠੀਕ ਕਰਨ ਦੇ ਲਈ ਗ੍ਰੀਨ ਬੈਲਟ ਵੀ ਤੋੜ ਦਿੱਤੀ ਸੀ ਅਗਲੀ ਵੱਡੀ ਖਬਰ ਆ ਦੋਸਤੋ ਪੰਜਾਬ ਦੇ ਸੀਐਮ ਦੇ ਘਰ ਵਿਆਹ ਸਮਾਰੋਹ ਚ ਇਹ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 14 ਮਹੀਨੇ ਬਾਅਦ 63.91 ਕਰੋੜ ਰੁਪਏ ਦੇ ਘਟਾਲੇ 'ਚੋਂ ਪੰਜ ਅਧਿਕਾਰੀਆਂ ਦੇ ਖਿਲਾਫ ਚਾਰਜ ਸ਼ੀਟ ਅੱਜ ਚੰਡੀਗੜ੍ਹ ਤੋਂ ਜਿੱਥੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਦੇ ਵੱਲ ਆ ਰਹੇ ਮੈਟ੍ਰਿਕ ਤੋਂ ਬਾਅਦ ਸਕਾਲਰਸ਼ਿਪ ਘਟਾਲੇ ਦੇ ਵਿੱਚ ਹੁਣ ਵੱਡੇ ਵੱਡੇ ਸੱਪ ਜਿਹੜੇ ਫੜੀਂਦੇ ਦਿਖਾਈ ਦੇ ਰਹੇ ਹਨ ਅਗਲੀ ਵੱਡੀ ਖਬਰ ਆ ਦੋਸਤੋ ਪਾਕਿਸਤਾਨ ਦੇ ਵਿੱਚ ਮੰਗਾਈ ਹੈ ਜਿੱਥੇ ਮੰਤਰੀ ਨੇ ਲੋਕਾਂ ਨੂੰ ਦਿੱਤੀ ਘਟ ਕਾਂ ਦੀ ਸਲਾਹ ਆਰਥਿਕ ਤੰਗੀ ਦੇ ਨਾਲ ਜੂਝ ਰਿਹਾ ਪਾਕਿਸਤਾਨ ਨੇ ਇੰਨੀ ਦਿਨੀ ਮੰਗਾਈ ਬੇਕਾਬੂ ਹੋ ਗਈ ਹੈ ਵੱਡੀ ਮੰਗਾਈ ਦੇ ਕਾਰਨ ਪਾਕਿਸਤਾਨ ਪਰਸ਼ੰਤ ਕਸ਼ਮੀਰ ਅਤੇ ਗਿਲਗਤ ਬਲਿਸਤਾਨ ਮਾਮਲਿਆਂ ਦੇ ਸੰਗੀ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਲੋਕਾਂ ਨੂੰ ਘਟ ਖਾਨ ਦੀ ਸਲਾਹ ਦਿੱਤੀ ਹੈ ਟ੍ਰਾਂਟੋ ਦਿੱਲੀ ਦੇ ਵਿਚਾਲੇ 15 ਅਕਤੂਬਰ ਤੋਂ ਅਗਲੇ ਗੇੜ ਦੀ ਵਧਾਈ ਜਾਵੇਗੀ 에ਅਰ ਕੈਨੇਡਾ ਸੋ ਵੱਡੀ ਖਬਰਾਂ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਦੋਸਤੋ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਕੈਨੇਡਾ ਵਸਦੇ ਪ੍ਰਵਾਸੀ ਭਾਰਤੀਆਂ ਵੱਲੋਂ ਕੀਤੀ ਜਾ ਰਹੀ ਜ਼ੋਰਦਾਰ ਮੰਗ ਨੂੰ ਵੇਖਦੇ ਐ ਕੈਨੇਡਾ ਨੇ 15 ਅਕਤੂਬਰ ਤੋਂ ਟੋਰਾਂਟੋ ਅਤੇ ਦਿੱਲੀ ਦੇ ਵਿਚਾਲੇ ਗੇੜੇ ਵਧਾਉਣ ਦਾ ਐਲਾਨ ਕੀਤਾ ਹੈ ਅਸਤੀਫਾ ਰੱਦ ਹੋਏ ਬਿਨਾ ਸਿੱਧੂ ਮਗਰ ਹੁਣ ਰਾਜਿਆ ਸੁਲਤਾਨਾ ਦਾ ਵਿਵਾਦ ਰਾਜਿਆ ਸੁਲਤਾਨਾ ਦੀ ਵੀ ਵਾਪਸੀ ਲਕੀਮਪੁਰ ਕਿਰੀ ਘੜਨਾ ਦੇ ਵਿਰੋਧ ਚ ਕਾਂਗਰਸ ਵੱਲੋਂ ਦਿੱਤੇ ਮੋਨ ਵਰਤ ਚ ਨਵਜੋਤ ਸਿੱਧੂ ਵਰਕਰ ਤੇ ਆਗੂ ਕਰਦੇ ਰਹੇ ਇੰਤਜ਼ਾਰ ਸੋ ਵੱਡੀ ਖਬਰ ਹੈ ਜੀ ਸੋਮਵਾਰ ਨੂੰ ਰੇਲਵੇ ਸਟੇਸ਼ਨ ਉਤੇ 3 ਘੰਟੇ ਦਾ ਮੋਨ ਵਰਤ ਰੱਖਿਆ ਗਿਆ ਇਸ ਮੋਨ ਵਰਤ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਸ਼ਾਮਲ ਹੋਣਾ ਸੀ ਪਰ ਇੱਥੇ ਨਹੀਂ ਪਹੁੰਚ ਸਕੇ ਕੈਪਟਨ ਅਮਰਿੰਦਰ ਸਿੰਘ ਨੇ ਅੱਜੇ ਵੀ ਖੁੱਲ ਕੇ ਕਾਂਗਰਸ ਦੇ ਖੁੱਲੇ ਨੇ ਕਾਂਗਰਸ ਦੇ ਦਰਵਾਜ਼ੇ ਹਰੀਸ਼ रावत ਨੇ ਵੱਡਾ ਬਿਆਨ ਦਿੱਤਾ ਜੀ रावत ਨੇ ਕਿਹਾ ਕਿ ਕੈਪਟਨ ਅਮਰਿੰਦਰ ਲਈ ਕਾਂਗਰਸ ਦੇ ਦਰਵਾਜ਼ੇ ਖੁੱਲੇ ਹਨ ਉਹਨਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਦੇ ਨੂੰ ਮਿਲਣ ਦੀ ਸੰਭਾਵਨਾ ਹੈ ਲਖੀਮਪੁਰ ਖੀਰੀ ਕੇਸ ਦੀ ਜਾਂਚ ਦੌਰਾਨ ਪੁਲਿਸ ਨੇ ਖੰਗਾਲੇ ਸੀਸੀਟੀਵੀ ਅੱਜ ਆਸ਼ੀਸ਼ ਮਿਸ਼ਰਾ ਦੀ ਕਸਟਡੀ ਦੀ ਫੈਸਲਾ ਕਰੇਗੀ ਅਦਾਲਤ ਆਸ਼ੀਸ਼ ਨੂੰ 12 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਬਿਜਲੀ ਸੰਕਟ ਤੇ ਹਰ ਸਿਮਰਤ ਬਾਦਲ ਹੋਏ ਹੈਰਾਨ ਕਿਹਾ ਅੱਜ ਦੀ ਕੜੀਚੂ ਵੀ ਪੰਜਾਬ ਚਾਰ ਘੰਟਿਆਂ ਦਾ ਹੱਕਦਾਰ ਨਹੀਂ ਉਹਨਾਂ ਨੇ ਕਿਹਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬੀਆਂ ਨੂੰ ਲੰਬੇ ਕਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਜਿਹੀ ਹਾਲਤ ਵਿੱਚ ਹੁਣ ਇਹ ਮੁੱਦਾ ਸਿਆਸੀ ਰੰਗ ਫੜਦਾ ਦਿਖਾਈ ਦੇ ਰਿਹਾ ਹੈ ਸੌਦਾ ਸਾਧ ਨੇ ਆਪਣੀ ਮੂੰਹ ਬੋਲੀ ਤੀ ਹਾਨੀਪ੍ਰੀਤ ਨੂੰ ਮਿਲਣ ਲਈ ਤੜਫਿਆ ਡੇਰੇ ਦੇ ਸੂਤਰਾਂ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਸ ਫੈਸਲੇ ਤੋਂ ਬਾਅਦ ਅਗਲੀ ਸਜ਼ਾ ਦੇ ਫੈਸਲਾ ਆਉਣ ਤੋਂ ਪਹਿਲਾਂ ਆਪਣੀ ਬਜ਼ੁਰਗ ਮਾਂ ਅਤੇ ਮੂੰਹ ਤੋਂ ਮੂੰਹ ਬੋਲੀ ਤੀ ਹਾਨੀ ਪ੍ਰੀਤ ਨੂੰ ਮਿਲਣ ਦੇ ਲਈ ਤੜਫ ਰਿਹਾ ਹੈ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਸਾਰੇ ਹੀ ਸਰਕਾਰੀ ਕੀਤੇ ਜਾਣ ਐਡਵੋਕੇਟ ਠਾਕਰ ਦਾ ਵੱਡਾ ਬਿਆਨ ਬਿਜਲੀ ਮੈਕਮੇ ਨੂੰ ਪੰਜਾਬ ਦੇ ਲੋਕਾਂ ਦੀ ਥਾਂ ਦੂਜੇ ਸੂਬਿਆਂ ਨੂੰ ਮਿਲ ਰਹੀ ਹੈ ਨੌਕਰੀ ਭਰਤੀ ਰੱਦ ਕਰਨ ਦੀ ਮੰਗ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਪੰਜਾਬ ਦੇ ਵਿੱਚ ਫਰੈਂਡਸ਼ਿਪ ਨਹੀਂ ਲੱਗ ਰਹੀ ਤੇ ਇਸ ਕਾਰਨ ਹੋਰ ਸੂਬਿਆਂ ਦੇ ਜਿਵੇਂ ਕਿ ਹਰਿਆਣਾ ਯੂਪੀ ਪੱਛਮੀ ਬੰਗਾਲ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਲੋਕ ਪੰਜਾਬ ਦੇ ਵਿੱਚ ਆ ਕੇ ਵੱਖ-ਵੱਖ ਵਿਭਾਗਾਂ ਦੇ ਵਿੱਚ ਭਰਤੀ ਹੋ ਰਹੇ ਹਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਜਿਹੜੇ ਕਿ ਆਪ ਆਗੂ ਨੇ ਉਹਨਾਂ ਦੇ ਵੱਲੋਂ ਇਸ ਸਬੰਧ ਵਿੱਚ ਮੁੱਖ ਮੰਤਰੀ ਨੂੰ ਚਿੱਠੀ ਲਿਖਿਆ ਕਿ ਇਹ ਭਰਤੀ ਰੱਦ ਕਰਕੇ ਦੁਬਾਰਾ ਸ਼ੁਰੂ ਕੀਤੀ ਜਾਵੇ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਜੁੜਿਆ ਮਾਮਲਾ ਲੁਧਿਆਣਾ ਦੇ ਸਿਨੇਮਾ ਘਰ ਦੇ ਵਿੱਚੋਂ ਤਿੰਨ ਨੌਜਵਾਨ ਗ੍ਰਿਫਤਾਰ ਜਾਨਣ ਦੇ ਲਈ ਚੈਨਲ ਤੇ ਪਾਈ ਸ਼ਾਰਟ ਵੀਡੀਓ ਦੇਖੋ ਆਸ਼ਾ ਵਰਕਰਾਂ ਨੇ ਐਸਐਮ ਨੂੰ ਦਿੱਤਾ ਮੰਗ ਪੱਤਰ ਸੋ ਵੱਡੀ ਖਬਰ ਹੈ ਜੀ ਅਗਲੀ ਖਬਰ ਹੈ ਜੀ ਨਵਜੋਤ ਸਿੱਧੂ ਦਾ ਅਸਤੀਫਾ ਨਹੀਂ ਕੀਤਾ ਗਿਆ ਮਨਜ਼ੂਰ ਮੋੜ ਤੋਂ ਸੰਭਾਲਿਆ ਸਿੱਧੂ ਨੇ ਪ੍ਰਧਾਨ ਦਾ ਉਹਦਾ ਦੈਸ਼ਤਗਰਦਾ ਦੇ ਨਾਲ ਮੁਕਾਬਲੇ ਦੇ ਵਿੱਚ ਪੰਜਾਬ ਦੇ ਤਿੰਨ ਨੌਜਵਾਨ ਸ਼ਹੀਦ ਹੋ ਗਏ ਨੇ ਜੀ ਸ਼ਹੀਦ ਹੋਏ ਪੰਜ ਸੈਨਿਕਾਂ ਦੇ ਵਿੱਚ ਨੂਰਪੁਰ 베ਦੀ ਬਲਾਕ ਦੇ ਪਿੰਡ ਪਰਚੰਡਾ ਦੇ ਸੈਨਿਕ ਗੱਜਣ ਸਿੰਘ ਸ਼ਾਮਲ ਨੇ 23 ਸਿਕ ਰੈਜੀਮੈਂਟ ਵਿੱਚ ਭਰਤੀ ਹੋਇਆ ਇਹ ਜਵਾਨ ਅੱਜਕੱਲ 16 ਆਰ ਆਰ ਰੈਜੀਮੈਂਟ ਦੇ ਵਿੱਚ ਪੁਨਸ਼ ਵਿੱਚ ਤਨੈਤ ਸੀ ਗੱਜਨ ਦਾ ਵਿਆਹ ਲੰਗੀ ਫਰਵਰੀ 2021 ਦੇ ਵਿੱਚ ਹੀ ਹੋਇਆ ਸੀ। ਇਸੇ ਤਰ੍ਹਾਂ ਹੀ ਗਰਦਾਸਪੁਰ ਦੇ ਪਿੰਡ ਚੱਠਾ ਸੀੜਾ ਦਾ ਰਹਿਣ ਵਾਲਾ ਫੌਜੀ ਮਨਦੀਪ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਗਿਆ ਹੈ। ਕੈਨੇਡਾ ਜਾਣ ਵਾਲੇ ਭਾਰਤੀਆਂ ਦੇ ਲਈ ਅਹਿਮ ਖਬਰ ਸਰਕਾਰ ਨੇ ਜਾਰੀ ਕੀਤਾ ਫਰਮਾਨ ਕੈਨੇਡਾ ਜਾਣ ਵਾਲਿਆਂ ਨੂੰ। ਕੈਨੇਡਾ ਸਰਕਾਰ ਨੇ ਆਉਣ ਵਾਲੇ ਯਾਤਰੀਆਂ ਦੇ ਲਈ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜੈਨਸਪ੍ਰਿੰਗਸ ਡਾਇਗਨੋਸਟਿਕ ਸੈਂਟਰ ਦੀ ਲੈਬਾਰਟਰੀ ਨੂੰ ਭਾਰਤ ਤੋਂ ਇੱਕੋ ਇੱਕ ਕਰੋਨਾ ਚੈੱਕਅਪ ਕੇਂਦਰ ਨਿਯੁਕਤ ਕੀਤਾ ਹੈ ਪੰਜ ਜਵਾਨਾਂ ਦੀ ਸ਼ਹਾਦਤ ਤੇ ਕੈਪਟਨ ਦਾ ਬਿਆਨ ਸਾਡਾ ਸਭ ਤੋਂ ਬੁਰਾ ਡਰ ਸੱਚ ਹੋ ਰਿਹਾ ਜੀ ਕੈਪਟਨ ਨੇ ਕਿਹਾ ਕਿ ਸਾਡੇ ਸਭ ਤੋਂ ਬੁਰੇ ਡਰ ਸੱਚ ਹੋ ਰਹੇ ਹਨ ਉਹਨਾਂ ਨੇ ਕਿਹਾ ਕਿ ਇਹ ਹਾਲਾਤਾਂ ਤੋਂ ਜਾਣ ਹਾਲਾਤਾਂ ਦੇ ਨਾਲ ਫੈਸਲਾ ਕੋਨਾਂ ਤੇ ਮਜ਼ਬੂਤੀ ਦੇ ਨਾਲ ਨਜਿੱਠਣ ਦੀ ਲੋੜ ਹੈ ਪੰਜ ਫੌਜੀ ਸ਼ਹੀਦ ਨੇ ਅੱਤਵਾਦੀਆਂ ਨੇ ਕਾਤਲਾ ਕੇ ਕੀਤਾ ਹਮਲਾ ਇਹ ਖਤਰਨਾਕ ਯੋਜਨਾ ਜੰਮੂ ਡਿਵੀਜ਼ਨ ਦੇ ਪੁਛ ਦੇ ਜ਼ਿਲ੍ਹਾ ਸੂਰਨਕੋਟ ਮੁਕਾਬਲੇ ਦੇ ਵਿੱਚ ਫੌਜ ਦੇ ਪੰਜ ਜਵਾਨ ਸ਼ਹੀਦ ਹੋਏ ਨੇ ਅੱਤਵਾਦੀਆਂ ਨੇ ਸੁਰੱਖਿਆ ਬਲ ਮੁਕਾਬਲੇ ਮੁਕਾਬਲਾ ਦੇ ਵਿੱਚ ਜਾਰੀ ਹੈ ਚਾਰ ਤੋਂ ਪੰਜ ਅੱਤਵਾਦੀ ਘਿਰਗੇ ਨੇ ਫੌਜ ਨੂੰ ਐਤਵਾਰ ਦੇ ਰਾਤ ਸੂਚਨਾ ਮਿਲੀ ਕਿ ਅੱਤਵਾਦੀਆਂ ਨੇ ਸੂਰਨਕੋਟ ਵਿੱਚ ਮੌਜੂਦ ਫੌਜ ਦੀ ਟੁਕੜੀ ਨੇ ਇਲਾਕੇ ਨੂੰ ਘੇਰ ਲਿਆ ਤੇ ਤਲਾਸ਼ੀ ਮਹਿਮ ਸ਼ੁਰੂ ਕਰ ਦਿੱਤੀ ਤੁਣਕਾ ਤੁਣਕਾ ਤੋਂ ਮਗਰੋਂ ਹਰਦੀਪ ਗਰੇਵਾਲ ਨੇ ਕੀਤਾ ਆਪਣੀ ਅਗਲੀ ਫਿਲਮ ਦਾ ਐਲਾਨ ਬੈਕ ਟੂ ਬੈਕ ਸਰਪ੍ਰਾਈਜ਼ ਮਿਲ ਰਹੇ ਹਨ ਕਿਉਂਕਿ ਹਰ ਦੂਜੇ ਦਿਨ ਪੰਜਾਬੀ ਕਲਾਕਾਰਾਂ ਵੱਲੋਂ ਫਿਲਮਾਂ ਦੇ ਨਵੇਂ ਪ੍ਰੋਜੈਕਟ ਦੇ ਬਾਰੇ ਐਲਾਨ ਹੋ ਰਿਹਾ ਪੰਜਾਬੀ ਕਲਾ ਕਲਾਕਾਰ ਅਤੇ ਅਦਾਕਾਰ ਹਰਦੀਪ ਗਰੇਵਾਲ ਨੇ ਆਪਣੀ ਆਉਣ ਵਾਲੀ ਫਿਲਮ ਸਵੈਟ ਪੰਜਾਬ ਦਾ ਐਲਾਨ ਕੀਤਾ ਹੈ ਕਣਕ ਦੇ ਬੀਜਾਂ ਨੂੰ ਸਬਸਿਡੀ ਲੈਣ ਦੀ ਅਪਲਾਈ ਕਰਨ ਦੀ ਤਰੀਕ 18 ਤੱਕ ਹੈ ਜੀ ਪੰਜਾਬ ਸਰਕਾਰ ਦੇ ਵੱਲੋਂ ਆਗਾਮੀ ਸੀਜ਼ਨ ਦੇ ਦੌਰਾਨ ਬਿਜਲੀ ਲੈ ਕਣਕ ਦੀ ਤਸਦੀਕ ਸ਼ੁਦਾ ਬੀਜਾਂ ਨੂੰ ਸਬਸਿਡੀ ਦੇਣ ਦਾ ਫੈਸਲਾ ਕਰਨ ਦੀ ਨੀਤੀ ਨੂੰ ਆਪਣੀਆਂ ਅਰਜ਼ੀਆਂ ਨੂੰ ਆਨਲਾਈਨ ਤਰੀਕੇ 10 ਤਰੀਕ ਤੋਂ 18 ਅਕਤੂਬਰ ਤੱਕ ਕਰ ਦੇਣ ਪਟਾਲਾ ਦੇ ਖੇਤੀਬਾੜੀ ਵਿਕਾਸ ਅਧਿਕਾਰੀ ਕਮਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਨਲਾਈਨ ਆਈਡੀ ਕਾਰਡ ਬਣਾ ਕੇ ਕਣਕ ਦੇ ਬੀਜ ਦੀ ਮੰਗ ਭਰਨਗੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਨਲਾਈਨ ਅਪਲਾਈ ਕਰਨ ਵਿੱਚ ਜੇਕਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਾਇਮ ਕਰ ਸਕਦੇ ਨੇ ਸਵਿਟਜ਼ਰਲੈਂਡ ਨੇ ਭਾਰਤ ਨੂੰ ਸਵਿਸ ਬੈਂਕ ਖਾਤਿਆਂ ਦੀ ਵੇਰਵੀ ਤੀਜੀ ਸੂਚੀ ਭਾਰਤ ਨੂੰ ਸਵਿਟਜ਼ਰਲੈਂਡ ਨੇ ਤੋਂ ਸਵਿਸ ਬੈਂਕ ਖਾਤਿਆਂ ਦੀ ਵੇਰਵੇ ਦੀ ਤੀਜੀ ਸੂਚੀ ਮਿਲ ਗਈ ਆ ਸਵਿਟਜ਼ਰਲੈਂਡ ਨੇ 96 ਦੇਸ਼ਾਂ ਦੇ ਇਕੱਠੇ ਸਲਾਨਾ ਅਭਿਆਸ ਦੇ ਤਹਿਤ ਲਗਭਗ 33 ਲੱਖ ਵਿੱਤੀ ਖਾਤਿਆਂ ਦਾ ਵੇਰਵਾ ਸਾਂਝਾ ਕੀਤਾ ਸੰਗੀਕਾਰ ਪ੍ਰਸ਼ੋਸ਼ਨ ਨੇ ਸੋਮਵਾਰ ਨੂੰ ਇੱਕ ਬਿਆਨ ਚੁਕਾਇਆ ਕਿ ਸਾਲ ਸੂਚਨਾਵਾਂ ਵਾਲਾ ਲੈਣ-ਦੇਣ 10 ਹੋਰ ਦੇਸ਼ ਐਂਟਗੁਆ ਤੇ ਬੜਬੂੜਾ ਅਜਰਬੈਨ, ਡੋਮਿਕਾ, ਕਾਨਾ, ਲਿਬਾਨਨ, ਮਕਾਉ, ਪਾਕਿਸਤਾਨ, ਕਤਰ ਸਮੂਹਾ ਤੇ ਬਾਤੂਆ ਸ਼ਾਮਲ ਹਨ 70 ਦੇਸ਼ਾਂ ਦੇ ਨਾਲ ਰਵਾਇਤੀ ਲੈਣ-ਦੇਣ ਕੀਤਾ ਗਿਆ ਹੈ 26 ਦੇਸ਼ਾਂ ਦੇ ਮਾਮਲੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਇਸ ਦਾ ਕਾਰਨ ਇਹ ਸੀ ਕਿ ਜਾਂ ਤਾਂ ਇਹ ਦੇਸ਼ ਅਜੇ ਤੱਕ ਹੂਫੀਆ ਦੇ ਡਾਟਾ ਸੁਰੱਖਿਆ ਤੇ ਕੁਮਾਂਤਰੀ ਲੋੜਾਂ ਨੂੰ ਪੂਰਾ ਨਹੀਂ ਕਰਦੇ ਹੁਣ ਇੱਕ ਟੈਂਡਰ ਦੇ ਨਾਲ ਹੋ ਸਕਣਗੇ ਸਾਰੇ ਕੰਮ ਮੋਦੀ ਸਰਕਾਰ ਗਤੀਸ਼ਕਤੀ ਮਾਸਟਰਪਲਾਨ ਦੇ ਨਾਲ ਦੇਸ਼ ਦੀ ਤਸਵੀਰ ਬਦਲਣ ਦੇ ਵੱਲ ਗਤੀਸ਼ਕਤੀ ਮਾਸਟਰ پلان ਦੇ ਨਾਲ ਦੇਸ਼ ਦੀ ਤਸਵੀਰ ਬਦਲਣ ਵਾਲੀ ਹੈ 13 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪ੍ਰੋਜੈਕਟ ਦੀ ਰੂਪਰੇਖਾ ਦੇ ਸਾਹਮਣੇ ਪੇਸ਼ ਕਰਨਗੇ ਦੇਸ਼ ਦੇ ਵਿਕਾਸ ਦੀ ਯਾਤਰਾ ਨੂੰ ਤੇਜ਼ ਕਰਨ ਦੇ ਲਈ ਇਹ ਮੈਗਾ ਪ੍ਰੋਜੈਕਟ ਬਹੁਤ ਸਾਰੇ ਪ੍ਰਬੰਧਾਂ ਰੱਖੇ ਗਏ ਨੇ ਇਸ ਦੇ ਤਹਿਤ ਬੁਨਿਆਦੀ ਢਾਂਚਾ ਕਨੈਕਟੀਵਿਟੀ ਪ੍ਰੋਜੈਕਟਾਂ ਦੇ ਲਈ ਇੱਕ ਸਾਂਝਾ ਟੈਂਡਰ ਵਿਚਾਰਿਆ ਜਾਵੇਗਾ ਦੱਸ ਦਈਏ ਇਸ ਸਾਲ 75ਵੇਂ ਸੰਵਤਨਰਤਾ ਦਿਵਸ ਦੇ ਮੌਕੇ ਤੇ ਪੀਐਮ ਮੋਦੀ ਨੇ ਗਤੀਸ਼ਕਤੀ ਪ੍ਰੋਜੈਕਟ ਦਾ ਐਲਾਨ ਕੀਤਾ ਪੀਐਮ ਗਤੀਸ਼ਕਤੀ ਪ੍ਰੋਜੈਕਟ ਦਾ ਉਦੇਸ਼ ਕੇਂਦਰੀ ਏਜੰਸੀਆਂ ਰਾਜ ਏਜੰਸੀਆਂ ਸਹਿਰੀ ਸਥਾਨਕ ਸੰਸਥਾਵਾਂ ਤੇ ਪ੍ਰਾਈਵੇਟ ਸੈਕਟਰਾਂ ਦੇ ਵਿਚਕਾਰ ਪ੍ਰਭਾਵਸ਼ਾਲੀ ਤਾਲਮੇਲ ਕਰਕੇ ਗ੍ਰੀਨਫੀਲਡ ਸੜਕਾਂ ਰੇਲਾਂ ਤੇ ਆਪਟੀਕਲ ਫਾਈਬਰ ਕੇਬਲਸ ਲਾਈਨ ਗੈਸ ਲਾਈਨਾਂ ਤੇ ਪਾਵਰ ਲਾਈਨਾਂ ਵਰਗੀਆਂ ਉਪਭੋਗਤਾਵਾਂ ਨੂੰ ਨਾਲ ਜੋੜਨ ਦੀਆਂ ਗਤੀਵਿਧੀਆਂ ਨੂੰ ਜੋੜਨਾ ਹੈ ਆਈਬੀਪੀਐਸ ਦੇ ਕਲਰਕ ਦੇ 7855 ਅਵਧਿਆਂ ਦੇ ਕੱਢੀ ਗਈ ਭਰਤੀ 27 ਅਕਤੂਬਰ 2021 ਤੱਕ ਕਰ ਸਕਦੇ ਹੋ ਅਪਲਾਈ 7855 ਕਲਰਕ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਨੇ ਜੇ ਤੁਸੀਂ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕਰ ਲਈ ਹੈ ਤਾਂ ਤੁਸੀਂ ਇਹਨਾਂ ਆਉਦਿਆਂ ਦੇ ਲਈ ਆਨਲਾਈਨ ਹੀ ਅਰਜ਼ੀ ਦੇ ਸਕਦੇ ਹੋ ਅਰਜ਼ੀ ਦੀ ਆਰੰਭ ਤਰੀਕ 7 ਅਕਤੂਬਰਾਂ ਦੀ ਆਖਰੀ ਤਰੀਕ 27 ਅਕਤੂਬਰ ਆ ਫੀਸ ਭਰਨ ਲਈ ਵੀ 27 ਅਕਤੂਬਰ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕਿਸਾਨ ਸੰਗਠਨਾਂ ਦੇ ਐਲਾਨ ਮਗਰੋਂ ਯੂਪੀ ਦੇ ਵਿੱਚ ਅਲਰਟ ਜਾਰੀ ਆਈਪੀਐਸ ਅਫਸਰ ਤਨਾਇਤ ਕਿਸਾਨ ਕਿਸਾਨ ਸੰਗਠਨ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮੇਸ਼ਰਾਂ ਨੂੰ ਬਰਖਾਸਤ ਕਰਨ ਦੀ ਮੰਗ ਪਿਆੜੇ ਹਨ ਇਸ ਦੇ ਵਿਚਕਾਰ ਹੁਣ ਸੰਯੁਕਤ ਮੋਰਚੇ ਨੇ ਕਿਹਾ ਜੇਕਰ ਮੰਤਰੀ ਨੂੰ 11 ਅਕਤੂਬਰ ਤੱਕ ਬਰਖਾਸਤ ਨਾ ਕੀਤਾ ਗਿਆ ਤਾਂ ਉਸ ਦੇ ਖਿਲਾਫ ਦੇਸ਼ ਵਿਆਪੀ ਅੰਦੋਲਨ ਕੀਤਾ ਜਾਵੇਗਾ ਕਿਸਾਨ ਸੰਗਠਨਾ ਨੇ ਐਲਾਨ ਦੇ ਮਗਰੋਂ ਯੂਪੀ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਵੀ ਆਈਪੀਐਸ ਅਫਸਰ ਤਨਾਇਤ ਕਰ ਦਿੱਤੇ ਗਏ ਹਨ ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ SBI ਲਿਆਇਆ ਕਿਸਾਨਾਂ ਦੇ ਲਈ ਵਿਸ਼ੇਸ਼ ਯੋਜਨਾ ਤੁਰੰਤ ਖਰੀਦ ਸਕੋਗੇ ਨਵਾਂ ਟਰੈਕਟਰ ਜੇਕਰ ਤੁਸੀਂ ਵੀ ਖੇਤੀ ਕਰਨ ਦੇ ਲਈ ਕਿਰਾਏ ਤੇ ਟਰੈਕਟਰ ਲੈਣ ਤੋਂ ਤੰਗ ਆ ਕੇ ਨਵਾਂ ਟਰੈਕਟਰ ਖਰੀਦਣਾ ਚਾਹੁੰਦੇ ਹੋ ਤੁਹਾਡੇ ਕੋਲੇ ਪੈਸੇ ਦੀ ਕਮੀ ਆ ਤਾਂ ਤੁਹਾਡੇ ਲਈ ਖਬਰ ਬਹੁਤ ਜ਼ਰੂਰੀ ਹੈ ਦੇਸ਼ ਦੇ ਸਭ ਤੋਂ ਵੱਡੇ ਰਿਣਦਾਤਾ ਸਟੇਟ ਬੈਂਕ ਆਫ ਇੰਡੀਆ ਨੇ ਕਿਸਾਨਾਂ ਨੂੰ ਦੇ ਤਤਕਾਲ ਟਰੈਕਟਰ ਲੋਨ ਲਈ ਕਰਜ਼ਿਆਂ ਦੀ ਇੱਕ ਵਿਸ਼ੇਸ਼ ਯੋਜਨਾ ਪੇਸ਼ ਕੀਤੀ ਇਸ ਦੇ ਤਹਿਤ SBI ਟਰੈਕਟਰ ਦੀ ਬੀਮਾ ਅਤੇ ਰੇਸਪਰੇਸ਼ਨ ਫੀਸ ਸਮੇਤ ਟਰੈਕਟਰ ਦੀ ਲਾਗਤ ਦਾ 100% ਤੱਕ ਦਾ ਕਰਜ਼ਾ ਪ੍ਰਦਾਨ ਕਰ ਰਿਹਾ ਐਸਬੀਆਈ ਤਤਕਾਲ ਟਰੈਕਟਰ ਲੋਨ ਖੇਤੀਬਾੜੀ ਮਿਆਦ ਦਾ ਕਰਜ਼ਾ ਹੈ ਟਰੈਕਟਰ ਉਪਕਰਨ ਦੀ ਕੀਮਤ ਬੈਂਕ ਦੇ ਵੱਲੋਂ ਦਿੱਤੇ ਗਏ ਕਰਜ਼ੇ ਦੇ ਵਿੱਚ ਸ਼ਾਮਲ ਨਹੀਂ ਹੋਵੇਗੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਿਸਾਨ ਟਰੈਕਟਰ ਲੋਨ ਦੇ ਵਿੱਚ ਲਈ ਗਈ ਰਕਮ ਨੂੰ ਤੁਰੰਤ 4 ਤੋਂ 5 ਸਾਲਾਂ ਵਿੱਚ ਬੈਂਕ ਨੂੰ ਅਦਾ ਕਰ ਸਕਦੇ ਨੇ ਬੈਂਕ ਦੇ ਵੱਲੋਂ ਦਿੱਤਾ ਗਿਆ ਕਰਜ਼ਾ ਟਰੈਕਟਰ ਦਾ ਵਿਆਪਕ ਬੀਮਾ ਟਰੈਕਟਰ ਦੀ ਕੀਮਤ ਦਾ 25 40 50 ਫੀਸਦੀ ਇਨਵੌਇਸ ਬੀਮਾਰ ਰਜਿਸਟ੍ਰੇਸ਼ਨ ਜ਼ੀਰੋ ਰੇਟ ਤੇ TDR ਵਿੱਚ ਜਮ੍ਹਾਂ ਹੋਣੀ ਚਾਹੀਦੀ ਹੈ ਦੱਸਦੀ ਹੈ ਬੈਂਕ ਵੱਲੋਂ ਦਿੱਤਾ ਗਿਆ ਕਰਜ਼ੇ ਤੇ ਟਰੈਕਟਰ ਬੈਂਕ ਨਾਲ ਰਹੇਗਾ ਜਦੋਂ ਤੱਕ ਲੋਨ ਦੀ ਅਦਾਇਗੀ ਨਹੀਂ ਹੋ ਜਾਂਦੀ ਯਾਨੀ ਕਿ ਇਸ ਤਰ੍ਹਾਂ ਨਾਲ ਗਿਰਵੀ ਹੋਵੇਗਾ ਤੇ ਨਾ ਹੀ ਮਾਰਟਨਮਣੀ ਦੇ ਰੂਪ ਵਿੱਚ ਸਵਕਾਰ ਕੀਤੇ ਗਏ TDR ਉੱਤੇ ਬੈਂਕ ਦਾ ਦਾਅਦਿਕਾਰ ਹੋਵੇਗਾ ਦੋਸਤੋ ਇਸ ਦੇ ਲਈ ਤੁਹਾਡੇ ਕੋਲੇ 2 ਏਕੜ ਜ਼ਮੀਨ ਹੋਣੀ ਚਾਹੀਦੀ ਹੈ ਸਾਰੇ ਕਿਸਾਨ ਇਸ ਸਕੀਮ ਦੇ ਅਧੀਨ ਬੈਂਕ ਵਿੱਚ ਕਰਜ਼ੇ ਲਈ ਅਰਜ਼ੀ ਦੇ ਸਕਦੇ ਹਨ ਸੀਐਮ ਚੰਨੀ ਦੇ ਪੁੱਤਰ ਦੇ ਵਿਆਹ ਤੇ ਅਰਦਾਸ ਕਰਨ ਤੇ ਕਿਰੇ ਜਥੇਦਾਰ ਹਰਪ੍ਰੀਤ ਸਿੰਘ ਇਹਨਾਂ ਸ਼ਖਸੀਅਤਾਂ ਨੇ ਪ੍ਰਗਟਾਇਆ ਇਤਰਾਜ਼। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵਿਆਹ ਪੁੱਤਰ ਦੇ ਵਿਆਹ ਨਵਜੀਤ ਸਿੰਘ ਦੇ ਆਨੰਦਕਾਰਜਾਂ ਦੀ ਅਰਦਾਸ ਤੇ ਵਿਵਾਸ ਛੜ ਗਿਆ ਪੰਥਕ ਸ਼ਖਸੀਅਤਾਂ ਵੱਲੋਂ ਜਥੇਦਾਰ ਵੱਲੋਂ ਪਾਤਿਤ ਸਿੱਖ ਦੀ ਅਰਦਾਸ ਕਰਨ ਦੇ ਮਾਮਲੇ ਤੇ ਚਿੰਤਾ ਜ਼ਾਹਰ ਕੀਤੀ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਖਾਸ ਤੌਰ ਤੇ ਪਾਤਿਤ ਸਿੱਖ ਤੋਂ ਇਲਾਵਾ ਹਰੇਕ ਦੀ ਅਰਦਾਸ ਕੀਤੇ ਜਾਣ ਦਾ ਬੂੜ ਵੀ ਲਾਇਆ ਗਿਆ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਸਿੰਘ ਦੇ ਆਨੰਦਕਾਰਜ ਮੋਹਾਲੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਦੇ ਢੰਗ ਨਾਲ ਹੋਇਆ ਇਸੇ ਦਰਮਿਆਨ ਆਨੰਦਕਾਰਜ ਦੀ ਆਰੰਭਤਾ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਰਦਾਸ ਕੀਤੀ ਇਸ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਨੇ ਇਤਰਾਜ਼ ਪ੍ਰਗਟਾਇਆ ਹੈ ਸਵਾ 6 ਕਰੋੜ ਰੁਪਏ ਮੁੱਲ ਦੀ ਹਰੋਇਣ ਦੇ ਸਮੇਤ ਦੋ ਗ੍ਰਿਫਤਾਰ ਨੇ ਜੀ ਐਸਟੀਐਫ ਪੁਲਿਸ ਨੇ ਸਵਾ 6 ਕਰੋੜ ਰੁਪਏ ਦੀ ਮੁੱਲ ਦੀ ਹਰਿਆਣ ਦੇ ਸਹੋਇਣ ਦੇ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕੀਤੇ ਗਏ ਕਥਿਤ ਦੋਚੀਆਂ ਦੇ ਵਿੱਚ ਗੁਰਪ੍ਰੀਤ ਸਿੰਘ ਤੇ ਹਰਸੇਵਕ ਸਿੰਘ ਸ਼ਾਮਲ ਨੇ ਇਹ ਜਾਣਕਾਰੀ ਐਸਪੀਐਫ ਇੰਚਾਰਜ ਇੰਸਪੈਕਟਰ ਹਰਵੰਸ ਨੇ ਦਿੱਤੀ ਉਹਨਾਂ ਨੇ ਕਿਹਾ ਜੀ ਪੁੱਛ ਪੜਤਾਲ ਜਾਰੀ ਹੈ ਦਾਜ ਦੇ ਵਿੱਚ ਫੋਰਚੂਨਰ ਗੱਡੀ 5 ਲੱਖ ਰੁਪਏ ਨਗਦ ਅਤੇ ਕੀਮਤੀ ਤੋਹਫੇ ਨਾ ਦੇਣ ਤੇ ਵਿਅਉਤਾ ਦੀ ਕੁੱਟਮਾਰ ਕਰਕੇ ਘਰੋਂ ਕੱਢਿਆ ਥਾਣਾ ਖਾਲੜਾ ਦੀ ਪੁਲਿਸ ਨੇ ਦਾਜ ਦੇ ਵਿੱਚ ਫੋਰਚੂਨਰ ਗੱਡੀ 5 ਲੱਖ ਰੁਪਏ ਨਗਦ ਅਤੇ ਹੋਰ ਕੀਮਤੀ ਸਮਾਨ ਨਾ ਦੇਣ ਤੇ ਵਿਅਉਤਾ ਨੂੰ ਕੁੱਟਮਾਰ ਕੇ ਘਰੋਂ ਕੱਢਣ ਦੇ ਦੋਸ਼ੇਟਾ ਪਤੀ ਸੱਸ ਸਹੁਰੇ ਤੇ ਇੱਕ ਵਿਰੋਧ ਕੇਸ ਦਰਜ ਕਰ ਲਿਆ ਹੈ ਬਿਆਨਾਂ ਦੇ ਵਿੱਚ ਅਰਸ਼ਦੀਪ ਕੌਰ ਪਤਨੀ ਜਤਿੰਦਰ ਸਿੰਘ ਵਾਸੀ ਮਾੜੀ ਮੇਗਾ ਨੇ ਦੱਸਿਆ ਕਿ ਉਸ ਦਾ ਵਿਆਹ ਜਤਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਛੱਜਲਵੜਲੀ ਜ਼ਿਲ੍ਹਾ ਅਮਰਤਸਰ ਦੇ ਨਾਲ ਪੂਰੇ ਰੀਤੀ ਰਵਾਜਾਂ ਚ ਹੋਇਆ ਸੀ। ਐਸਆਈ ਸੁਖਰਾਮ ਸਿੰਘ ਜੋਧਪੁਰ ਰੋਮਾਨਾ ਦੀ ਸੜਕ ਹਾਦਸੇ ਵਿੱਚ ਮੌਤ ਅਣਪਛਾਤੇ ਵਾਹਨ ਚਾਲਕ ਤੇ ਮਕਦਮਾ ਦਰਜ। ਪੰਜਾਬ ਦੇ ਵਿੱਚ ਅੱਜ ਆਉਣਗੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ। ਸੋ ਸਭ ਤੋਂ ਪਹਿਲਾਂ ਉਹ ਸ਼ੇਕਵਾ ਦੇ ਘਰੇ ਜਾਣਗੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨਗੇ। ਫਿਰ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਕਰਨਗੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਪੰਜਾਬ ਚ ਵਿਧਾਨ ਸਭਾ ਚੋਣਾਂ ਸਿਰ ਤੇ ਹਨ। ਉਨਾ ਦਾ ਧਿਆਨ ਪੰਜਾਬ ਦੀਆਂ ਚੋਣਾਂ ਤੇ ਲੱਗਿਆ ਹੋਇਆ ਹੈ ਚਰਚਾ ਹੈ ਕਿ ਪੰਜਾਬ ਵਿੱਚ ਕੇਜਰੀਵਾਲ ਆਮ ਆਦਮੀ ਪਾਰਟੀ ਵਿਧਾਨ ਸਭਾ ਲਈ ਮੁੱਖ ਮੰਤਰੀ ਦਾ ਚਿਹਰੇ ਦੇ ਸਬੰਧੀ ਆਪ ਆਗਮਨਾਂ ਨੂੰ ਵਿਚਾਰ ਵਟਾਂਦਰਾ ਕਰਨਗੇ। ਸੋਸ਼ਲ ਮੀਡੀਆ ਤੇ ਹਥਿਆਰਾਂ ਨਾਲ ਤਸਵੀਰ ਪਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਸਥਾਪਿਤ ਹੋਇਆ ਇਹ ਖਾਸਿਲ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਤਰ ਤੇ ਸੋਸ਼ਲ ਮੀਡੀਆ ਉੱਪਰ ਹਥਿਆਰਾਂ ਦੇ ਨਾਲ ਪੋਸਟਾਂ ਪਾਉਣ ਵਾਲੇ ਵਿਅਕਤੀਆਂ ਦੀ ਹੁਣ ਖੈਰ ਨਹੀਂ ਹੈ। ਜ਼ਿਲ੍ਹਾ ਪੁਲਿਸ ਦੇ ਵੱਲੋਂ ਜਿਹੇ ਵਿਅਕਤੀਆਂ ਦੇ ਸ਼ਰਾਰਤੀ ਅੰਸਰਾਂ ਦੇ ਖਿਲਾਫ ਸਖਤੀ ਦੇ ਨਾਲ ਪੇਸ਼ ਆਉਣ ਦੀ ਇੱਕ ਵੱਖਰੇ ਸੈਲ ਦੀ ਸਥਾਪਨਾ ਕੀਤੀ ਗਈ ਹੈ ਸੈਲ ਸੋਸ਼ਲ ਮੀਡੀਆ ਤੇ ਹੋਣ ਵਾਲੀਆਂ ਗਤੀਆਂ ਉੱਪਰ ਨਜ਼ਰ ਰੱਖੇਗਾ ਜ਼ਿਕਰਯੋਗ ਹੈ ਕਿ ਐਸਐਸਪੀ ਵੱਲੋਂ ਸੋਸ਼ਲ ਮੀਡੀਆ ਤੇ ਹਥਿਆਰਾਂ ਨਾਲ ਪੋਸਟਾਂ ਪਾਉਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਉਹਨਾਂ ਦੇ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਡੀਸੀ ਨੂੰ ਕੀਤੀ ਜਾਵੇਗੀ ਜੰਮੂ ਤੋਂ ਖਬਰਾਂ ਜਿੱਥੇ ਅੱਤਵਾਦੀ ਹਮਲੇ ਵਿੱਚ ਰੂਪੜ ਦਾ ਨੌਜਵਾਨ ਗੱਜਨ ਸਿੰਘ ਸ਼ਹੀਦ ਪਤਨੀ ਨੂੰ 2 ਦਿਨ ਪਹਿਲਾਂ ਹੀ ਫੋਨ ਤੇ ਕਿਹਾ ਸੀ ਕਿ 13 ਅਕਤੂਬਰ ਨੂੰ ਛੁੱਟੀ ਆ ਰਿਆਂ ਹਾਂ ਸਿੱਧੂ ਦੇ ਮੋਨ ਧਰਨੇ ਤੇ ਪੁੱਜੇ ਕਾਂਗਰਸੀ ਵਿਧਾਇਕ ਸੁਨੀਲ ਦੱਤੀ ਅਕਾਲੀ ਦਲ ਨੇ ਸਾਧਿਆ ਨਿਸ਼ਾਨਾ ਅਕਾਲੀ ਦਲ ਵੱਲੋਂ ਪਾਰਟੀ ਦੇ ਮੁਲਾਜ਼ਮ ਫਰੰਟ ਦੇ ਜਥੇ ਬੰਦਕ ਟਾਂਚੇ ਦਾ ਵਿਸਤਾਰ ਕਰ ਦਿੱਤਾ ਗਿਆ ਹੈ ਹਸ਼ਿਆਰਪੁਰ ਦੇ ਵਿੱਚ ਨਹੀਂ ਰੁਕ ਰਿਆ ਡੇਂਗੂ ਦਾ ਕੈਰ ਸਰਕਾਰੀ ਹਸਪਤਾਲਾਂ 'ਚੋਂ ਡੇਂਗੂ ਦੇ ਪ੍ਰਬੰਧਾਂ ਦੀ ਪੂਲ ਵੀ ਹੁੱਲ ਗਈ ਆ ਸਭ ਤੋਂ ਜ਼ਿਆਦਾ ਮਾਰ ਪਈ ਹੈ ਜੀ ਸਰਕਾਰੀ ਹਸਪਤਾਲ ਤੋਂ ਜਿੱਥੇ ਸੇਤ ਕਾਰਡ ਜਾਂ ਕੇਂਦਰ ਸਰਕਾਰ ਦਾ ਆਯੂਸ਼ਮਾਨ ਕਾਰਡ ਇਹਨਾਂ ਦੇ ਵਿੱਚੋਂ ਕੋਈ ਵੀ ਹਸ਼ਿਆਰਪੁਰ ਦੇ ਡੇਂਗੂ ਦੇ ਮਰੀਜ਼ਾਂ ਨੂੰ ਇਲਾਜ ਲਈ ਮੁਫਤ ਸਹੂਲਤਾਂ ਨਹੀਂ ਦੇ ਰਿਹਾ ਤੇ ਡੇਂਗੂ ਨਾਲ ਪ੍ਰਭਾਵਿਤ ਆਯੂਸ਼ਮਾਨ ਕਾਰਡ ਤਾਰਕ ਜਿਸ ਬੰਦੇ ਦੇ ਐਸਡੀਪੀ ਪਲੇਟ ਲੈਟਸ 7000 ਦੇ ਲਗਭਗ ਰਹਿ ਜਾਣ ਉਸ ਨੂੰ ਵੀ ਸਰਕਾਰੀ ਹਸਪਤਾਲ ਵਿੱਚ ਮੁਫਤ ਸੇਵਾ ਨਹੀਂ ਮਿਲਦੀ ਕਿਉਂਕਿ ਐਸਡੀਪੀ ਪਲੇਟਸ ਖੂਨ ਚੋਂ ਕੱਢਣ ਦੇ ਲਈ ਇੱਕ ਕੀਟ ਦੀ ਲੋੜ ਪੈਂਦੀ ਹੈ ਜਿਸ ਦੀ ਕੀਮਤ ਲਗਭਗ ਲੋਕਾਂ ਤੋਂ 10000 ਤੱਕ ਰੁਪਏ ਤੱਕ ਲਈ ਜਾ ਰਹੀ ਹੈ ਦੀਵਾਲੀ ਤੋਂ ਪਹਿਲਾਂ ਲਾਂਚ ਕੀਤਾ ਜਾਵੇਗਾ ਆਲ ਨਵਾਂ ਬਜਾਜ ਪਲਸਰ 250 ਮਿਲੇਗਾ ਇੰਜਨ ਅਤੇ ਕਈ ਹੋਰ ਨਵੇਂ-ਨਵੇਂ ਫੀਚਰ Air India ਤੇ ਸਰਕਾਰ ਨੇ ਲਿਆ ਵੱਡਾ ਫੈਸਲਾ ਮੋਦੀ ਬੋਲੇ ਜਿੱਥੇ ਲੋੜ ਨਹੀਂ ਉੱਥੇ ਸਰਕਾਰੀ ਕੰਟਰੋਲ ਖਤਮ ਕਰਾਂਗੇ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਇੰਡੀਆ ਸਪੇਸ ਐਸੋਸੀਏਸ਼ਨ ਦੀ ਸ਼ੁਰੂਆਤ ਦੇ ਮੌਕੇ ਕਿਹਾ ਕਿ ਸਰਕਾਰ ਨੇ Air India ਬਾਰੇ ਵੱਡਾ ਫੈਸਲਾ ਲਿਆ ਹੈ ਜਿੱਥੇ ਲੋੜ ਨਹੀਂ ਉੱਥੇ ਸਰਕਾਰ ਕੰਟਰੋਲ ਖਤਮ ਕਰਾਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਪਲਾਟ ਸਦਾਰਾਂ ਦੀ ਗੱਲ ਕਰਦੇ ਹਾਂ ਤਾਂ ਸਾਡੀ ਪਹੁੰਚ ਚਾਰ ਥੰਮ੍ਹਾਂ ਦੇ ਆਧਾਰਤ ਹੁੰਦੀ ਹੈ ਰਿਜ਼ਰਵ ਸੀਟ ਤੇ ਪ੍ਰਚਾਰ ਲਈ ਅੰਮ੍ਰਿਤਸਰ ਪਹੁੰਚੇ ਸੁਖਵੀਰ ਬਾਦਲ ਕਰਨਗੇ ਦੱਖਣੀ ਹਲਕੇ ਦੇ ਵਿੱਚ ਰੈਲੀ ਸੋ ਇਹ ਵੱਡੀ ਖਬਰ ਆ ਰਹੀ ਹੈ ਜਿੱਥੇ ਨਵਦੋਤ ਸਿੱਧੂ ਨੂੰ ਉਹਨਾਂ ਨੇ ਡਰਾਮਾ ਮਾਸਟਰ ਕਿਹਾ ਸੀ ਤੇ ਹੁਣ ਰਿਜ਼ਰਵ ਸੀਟ ਹਲਕਾ ਦੇ ਪੱਛਮੀ ਦੇ ਉਮੀਦਵਾਰ ਡਾਕਟਰ ਦਲਵੀਰ ਸਿੰਘ ਵੇਰਕਾ ਦੇ ਹੱਕ ਵਿੱਚ ਪ੍ਰਚਾਰ ਕਰਨ ਦੇ ਲਈ ਪਹੁੰਚੇ ਹਨ ਦੋਸਤੋ ਇਹ ਹਨ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਧੰਨਵਾਦ